ਬੀਜੇਪੀ ਦਾ ਕਹਿਣਾ ਹੈ ਕਿ ਸਾਡੇ ਕੋਲ ਸਬੂਤ ਨੇ ਇਸੇ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਕੀਤੀ ਗਈ ਹੈ। ਕਾਫੀ ਮਾਹੌਲ ਆ ਜਿਹੜਾ ਉਹ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਵਿਰੋਧੀ ਨੇ ਜਿਹੜੇ ਉਹ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵੀ ਸਵਾਲ ਚੁੱਕ ਰਹੇ ਹਨ। ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਆਪਕਾਰੀ ਨੀਤੀ ਦੇ ਵਾਂਗ ਹੀ ਪੰਜਾਬ ਦੀ ਆਪਕਾਰੀ ਨੀਤੀ ਦੇ ਵਿੱਚ ਵੀ ਜਿਹੜੇ ਦਿੱਲੀ ਦੇ ਆਗੂ ਨੇ ਉਹ ਸ਼ਾਮਲ ਨੇ। ਉਹਨਾਂ ਦੀ ਸ਼ਮੂਲੀਅਤ ਹੈਗੀ ਹੈ ਇਸ ਕਰਕੇ ਸੀਬੀਆਈ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਦਿੱਲੀ ਤੋਂ ਪੰਜਾਬ ਦਾ ਰੁਖ ਵੀ ਹੁਣ ਘਾਰ ਹੀ ਲਵੇ। 8 ਘੰਟੇ ਪੁੱਛਕਿਛ ਕੀਤੀ ਐ ਸੁਸੋਧੀਆਂ ਤੋਂ। ਪਰ ਕਹਿੰਦੇ ਜਵਾਬ ਨਹੀਂ ਦੇ ਰਹੇ ਸੀ ਵੀ ਇਹ ਕਹਿੰਦੀ ਐ ਸਾਨੂੰ। ਸਪਸ਼ਟ ਜਵਾਬ ਨਹੀਂ ਦੇ ਰਹੇ। ਕਿ ਸੀਬੀਆਈ ਤਾਂ ਉਹ ਜਵਾਬ ਭਾਲ ਰਹੀ ਐ ਨਾ ਜਿਹੜੇ ਜਵਾਬ ਉਹ ਚਾਹੁੰਦੀ ਐ ਕਿ ਇਦਾਂ ਜਵਾਬ ਦੇਵੇ। ਕੋਈ ਵੀ ਜਾਂਚ ਜਿਸ ਤਰੀਕੇ ਅਹੀਂ ਕਹਿੰਦੀ ਹੁੰਦੀ ਆ ਨਾ। ਹੁਣ ਮੇਰੇ ਮੁਤਾਬਕ ਜਵਾਬ ਦੇਵੇ ਨਾ ਤੂੰ ਮੇਰੇ ਮੁਤਾਬਕ ਜਵਾਬ ਦੇ ਸੀਬੀਏ ਦਾ ਭਾਲ ਰੇ ਮੇਰੇ ਮੁਤਾਬਕ ਜਵਾਬ ਦੋ ਜੋ ਇਸ ਤੋਂ ਚਾਹੁੰਦੀ ਐ। ਪੰਜਾਬ ਵਿੱਚ ਪੂਰਾ ਮੰਤਰੀ ਮੰਡਲ ਪ੍ਰਦਰਸ਼ਨ ਕਰ ਰਿਹਾ ਸੀਗਾ ਸੈਂ 37 ਦੇ ਵਿੱਚ ਬੀਜੇਪੀ ਦਫਤਰ ਦੇ ਬਾਹਰਲੇ ਪਾਸੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀਗਾ ਹਰਪਾਲ ਚੀਮਾ ਕਹਿੰਦਾ ਵੀ ਇਹ ਲੋਕਤੰਤਰ ਦਾ ਕਤਲ ਕੀਤਾ ਗਿਆ ਭਾਜਪਾ ਕਹਿੰਦਾ ਸਾਰਾ ਭਾਜਪਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਚੱਲ ਰਿਹਾ ਸੀਬੀਆਈ ਸੀਬੀਆਈ ਭਾਰਤੀ ਜਨਤਾ ਪਾਰਟੀ ਤੋਂਤਾ ਹੈਗਾ ਜਿੱਦਾਂ ਉਹਨੂੰ ਕਹਿੰਦੇ ਆ ਉਦਾਂ ਕਰਦਾ ਸਬੂਤ ਹੈਗੇ ਨੇ ਕਮਿਸ਼ਨ ਦਾ ਮਾਮਲਾ ਹੈਗਾ 6% ਕਮਿਸ਼ਨ ਸੀਗਾ 12% ਕਰਤਾ ਜੀ 12% ਕਮਿਸ਼ਨ ਕੀਤਾ ਤਾਂ ਕਰਕੇ ਹੋਇਆ ਤੇ ਮਨੀਸ਼ ਸੋਧਿਆ ਦਿੱਲੀ ਦੇ ਉਪ ਮੁੱਖ ਮੰਤਰੀ ਕਾਫੀ ਚਰਚਾ ਦੇ ਵਿੱਚ ਨੇ सीबीआई ਨੇ ਪੁਸ਼ਗੀਸ਼ ਵਾਸਤੇ ਸੱਦਿਆ ਸੀ 8 ਘੰਟੇ ਪੁਸ਼ਗੀਸ਼ ਚੱਲੀ ਤੇ ਉਸ ਤੋਂ ਬਾਅਦ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਬੇਕਸੂਰ ਦੱਸਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਪਰ ਬੀਜੇਪੀ ਦਾ ਕਹਿਣਾ ਹੈ ਕਿ ਸਾਡੇ ਕੋਲੇ ਸਬੂਤ ਨੇ ਇਸੇ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਕੀਤੀ ਗਈ ਹੈ। ਕਾਫੀ ਮਾਹੌਲ ਆ ਜਿਹੜਾ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਵਿਰੋਧੀ ਨੇ ਜਿਹੜੇ ਉਹ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵੀ ਸਵਾਲ ਚੁੱਕ ਰਹੇ ਨੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਆਪਕਾਰੀ ਨੀਤੀ ਦੇ ਵਾਂਗ ਹੀ ਪੰਜਾਬ ਦੀ ਆਪਕਾਰੀ ਨੀਤੀ ਦੇ ਵਿੱਚ ਵੀ ਜਿਹੜੇ ਦਿੱਲੀ ਦੇ ਆਗੂ ਨੇ ਉਹ ਸ਼ਾਮਲ ਨੇ ਉਹਨਾਂ ਦੀ ਸ਼ਮੂਲੀਅਤ ਹੈਗੀ ਹੈ ਇਸ ਕਰਕੇ ਸੀਬੀਆਈ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਦਿੱਲੀ ਤੋਂ ਪੰਜਾਬ ਦਾ ਰੁਖ ਵੀ ਹੁਣ ਘਾਰ ਹੀ ਲਵੇ। ਮਨੀਸ਼ ਸ਼ੋਧਿਆ ਅ 19 ਵਿਭਾਗ ਨੇ ਦੇ ਕੋਲੇ ਜੀ ਦਿੱਲੀ ਸਰਕਾਰ ਦੇ 19 ਵਿਭਾਗ ਜਿਹੜਾ ਕਿ ਸਤੰਦਰ ਜੈਨ ਸੀਗਾ ਉਹ ਵੀ ਜੇਲ੍ਹ ਚਲਾ ਗਿਆ ਸੀਗਾ ਸਿਹਤ ਮੰਤਰੀ ਉਹਦੇ ਵਿਭਾਗ ਵੀ ਫਿਰ ਮਨੀਸ਼ ਸ਼ੋਧਿਆ ਸੰਭਾਲ ਰਹੇ ਸੀਗੇ ਕੇਜਰੀਵਾਲ ਤਾਂ ਬਹੁਤ ਘੱਟ ਸੰਭਾਲ ਰਿਹਾ। ਸਭ ਤੋਂ ਵੱਧ ਵਿਭਾਗ ਮਨੀਸ਼ ਸ਼ੋਧਿਆ ਕੋਲ ਹੈਗੇ ਨੇ। ਆਪ ਦਾ ਰਿਤੂਨ ਲੈ ਕੇ ਤੁਸੀਂ ਦੇਖ ਲੋ ਬਈ ਸਿਹਤ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ ਤੋਂ ਲੈ ਕੇ ਕਾਫੀ ਮਨੀਸ਼ ਸ਼ੋਦੀ ਆ ਜਿਹੜਾ ਹੈਗਾ ਬਹੁਤ ਵੱਡਾ ਤੇ ਦੂਜੇ ਕੇਜਰੀਵਾਲ ਤੋਂ ਬਾਅਦ ਦੂਜਾ ਵੱਡਾ ਲੀਡਰ ਆਮ ਆਦਮੀ ਪਾਰਟੀ ਦਾ 8 ਘੰਟੇ ਪੁੱਛਕਿਛ ਕੀਤੀ ਆ ਸੁਸੋਦੀਆ ਤੋਂ ਪਰ ਕਹਿੰਦੇ ਜਵਾਬ ਨਹੀਂ ਦੇ ਰਿਹਾ ਸੀ ਵੀ ਕਹਿੰਦੀ ਆ ਸਾਨੂੰ ਸਪਸ਼ਟ ਜਵਾਬ ਨਹੀਂ ਦੇ ਰਿਹਾ ਕਿ ਸੀਬੀਆਈ ਤਾਂ ਉਹ ਜਵਾਬ ਭਾਲ ਰਹੀ ਹੈ ਨਾ ਜਿਹੜੇ ਜਵਾਬ ਉਹ ਚਾਹੁੰਦੀ ਹੈ ਕਿ ਇਦਾਂ ਜਵਾਬ ਦੇਵੇ ਕੋਈ ਵੀ ਜਾਂਚ ਜਰਸੀ ਅਹੀਂ ਕਹਿੰਦੀ ਹੁੰਦੀ ਹੈ ਨਾ ਹੁਣ ਮੇਰੇ ਮੁਤਾਬਕ ਜਵਾਬ ਦੇਵੇ ਨਾ ਤੂੰ ਮੇਰੇ ਮੁਤਾਬਕ ਜਵਾਬ ਦੇ ਸੀਬੀਆਈ ਤਾਂ ਭਾਲ ਰਹੀ ਮੇਰੇ ਮੁਤਾਬਕ ਜਵਾਬ ਦੋ ਜੋ ਉਸ ਤੈਨੂੰ ਚਾਹੁੰਦੇ ਆ ਆ ਆ ਦੱਸੋ ਕਿ ਇਹਦਾ ਕੀ ਮਤਲਬ ਹੈ ਉਹ ਕਹਿੰਦਾ ਵੀ ਮੇਰੇ ਕੋਲ ਇਹ ਕੋਈ ਜਵਾਬ ਹੀ ਨਹੀਂ ਹੈਗਾ ਇਹਦਾ ਕੀ ਜਵਾਬ ਆ ਮੇਰੇ ਕੋਲ ਕੋਈ ਇੱਧਰ ਗੱਲੇ ਨਹੀਂ ਕੋਈ ਹੈਗੀ ਸੀਬੀਆਈ ਆਪਣੇ ਮੁਤਾਬਕ ਜਵਾਬ ਭਾਲ ਰਹੀ ਸੀ ਕਿ ਹਰ ਇੱਕ ਜਾਂਚ ਜਰਸੀ ਜਿਹਦੇ ਕੋਲੇ ਪ੍ਰਸ਼ਨ ਹੁੰਦੇ ਆ ਉਹ ਪ੍ਰਸ਼ਨਾਂ ਦੇ ਵਿੱਚੋਂ ਜਵਾਬ ਭਾਲਦੇ ਹੁੰਦੇ ਆ ਵੀ ਇਹਦੇ ਵਿੱਚ ਇਦਾਂ ਜਵਾਬ ਆਵੇ ਤਾਂ ਠੀਕ ਉਹ ਤਾਂ ਫਸੂਗਾ ਹੈ ਉਹ ਕਹਿੰਦਾ ਮੇਰੇ ਕੋਲ ਤਾਂ ਕੋਈ ਅਜਿਹਾ ਜਵਾਬ ਹੈ ਨਹੀਂ ਕਿ ਚਲੋ ਅਰੈਸਟ ਕਰ ਲਓ ਉਹਨੂੰ ਅਰੈਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰ ਕਰਕੇ ਕੱਲ ਪੇਸ਼ ਕੀਤਾ ਗਿਆ ਅਦਾਲਤ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਰਮਾਨ ਮੰਗਿਆ 5 ਦਿਨ ਦਾ ਅਦਾਲਤ ਨੇ ਕੋਈ ਉਜਰ ਨਹੀਂ ਕੀਤਾ ਵੈਸੇ ਰੱਖ ਲਿਆ ਟਾਈਮ ਥੋੜੇ ਦਾ ਟਾਈਮ ਰੱਖ ਲਿਆ ਕਿ ਮੈਂ ਥੋੜਾ ਸੋਚ ਲਾਂ ਅਦਾਲਤ ਨੇ ਸੋਚਿਆ ਪਰ ਸੋਚਣ ਤੋਂ ਬਾਅਦ ਉਹਨਾਂ ਨੇ ਉਹੀ ਉਹੀ ਕਰਤਾ ਜੋ ਸੀਬੀਆਈ ਚਾਹੁੰਦੀ ਸੀ ਸੀਬੀਆਈ ਕਹਿੰਦੀ ਸੀ 5 ਦਿਨਾਂ ਦਾ ਪੁਲਿਸ ਰਿਮਾਰਡ ਦੇ ਲੋ ਤਾਂ 5 ਦਿਨਾਂ ਦਾ ਪੁਲਿਸ ਰਿਮਾਰਡ ਨੂੰ ਮਿਲ ਗਿਆ ਸੀਬੀਆਈ ਤੇ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਦਿੱਲੀ ਤੋਂ ਰਾਜਸਥਾਨ ਵੱਖ-ਵੱਖ ਥਾਵਾਂ ਉੱਤੇ ਹਰਿਆਣਾ ਦੇ ਵਿੱਚ ਵੀ ਪੰਜਾਬ ਚ ਪ੍ਰਦਰਸ਼ਨ ਹੋਏ ਪੰਜਾਬ ਵਿੱਚ ਪੂਰਾ ਮੰਤਰੀ ਮੰਡਲ ਪ੍ਰਦਰਸ਼ਨ ਕਰ ਰਿਹਾ ਸੀਗਾ ਸੈਂਤੀ ਦੇ ਵਿੱਚ ਬੀਜੇਪੀ ਦਫਤਰ ਦੇ ਬਾਹਰਲੇ ਪਾਸੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀਗਾ ਹਰਪਾਲ ਚੀਮਾ ਕਹਿੰਦਾ ਵੀ ਇਹ ਲੋਕਤੰਤਰ ਦਾ ਕਤਲ ਕੀਤਾ ਗਿਆ ਭਾਜਪਾ ਵੱਲੋਂ ਇੱਕ ਜਿਹੜਾ ਕੇਸ ਐਜੂਕੇਸ਼ਨ ਦੇ ਸੰਦਰਭ ਦੇ ਵਿੱਚ ਮਨੀਸ਼ ਸੋਧਿਆ ਪੂਰੇ ਵਿਸ਼ਵ ਦੇ ਵਿੱਚ ਭਾਰਤ ਨੂੰ ਚਮਕਾਰ ਹਿਆ ਦਿੱਲੀ ਦੇ ਵਿੱਚ ਸਕੂਲ ਚ ਚਮਕਾਤੇ ਉਹਨੇ ਜਿਹੜੇ ਕਿ ਪਹਿਲਾਂ ਗੱਲ ਨਹੀਂ ਕਰਦੇ ਸੀ ਅੱਜ ਆਈਟੀ ਦੇ ਵਿੱਚ ਜਾ ਰਹੇ ਨੇ ਵਿਦਿਆਰਥੀ ਸਕੂਲ ਦੇ ਵਿਦਿਆਰਥੀ ਅੱਜ ਵਧੀਆ ਕੰਮ ਕਰਨ ਜਾ ਰਹੇ ਨੇ ਉਸ ਨੇ ਮਨਿਸ਼ੋਧਨ ਕੰਮ ਕੀਤਾ ਉਹ ਤੇ ਕਹਿੰਦੇ ਵੀ ਉਹ ਉਹਨੂੰ ਅਰੈਸਟ ਕੀਤਾ ਗਿਆ ਤੇ ਇਹ ਲੋਕਤੰਤਰ ਦਾ ਕਤਲ ਹੈ ਨਾਲ ਖੜਿਆ ਜਰੇ ਭਵੰਤਮਨ ਸਾਹਿਬ ਕਹਿੰਦੇ ਆ ਵੀ ਅਸੀਂ ਨਾਲ ਖੜੇ ਆ ਅਸੀਂ ਪਿੱਛੇ ਹਟਣ ਵਾਲੇ ਨਹੀਂ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਇਹ ਕਾਲਾ ਦਿਨ ਹੈਗਾ ਲੋਕਤੰਤਰ ਦਾ ਬੜਾ ਕਾਲਾ ਦਿਨ ਹੈ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਹਿੰਦੇ ਇਹ ਇਹੋ ਜਿਹਾ ਨਹੀਂ ਦੇਖਿਆ ਕਦੇ ਅਸੀਂ ਬਈ ਐਦਾਂ ਸਰਕਾਰ ਕਿਸੇ ਮੰਤਰੀ ਨੂੰ ਐਦਾਂ ਫੜੇ ਤੇ ਸੀਬੀਆਈ ਆਪਣਾ ਮਨਮਰਜ਼ੀ ਕਰਦੀ ਫਿਰੇ ਕਹਿੰਦਾ ਸਾਰਾ ਭਾਜਪਾ ਕਰ ਰਹੀ ਆ ਇਹ ਭਾਰਤ ਜਨਤਾ ਪਾਰਟੀ ਦੇ ਅਨੁਸਾਰ ਚੱਲ ਰਿਹਾ ਸੀਬੀਆਈ ਸੀਬੀਆਈ ਭਾਰਤੀ ਜਨਤਾ ਪਾਰਟੀ ਤੋਂ ਤਾ ਹੈਗਾ ਜਿੱਦਾਂ ਉਹਨੂੰ ਕਹਿੰਦੇ ਆ ਉਦਾਂ ਕਰ ਰਹੇ ਆ ਬਲੇ ਇਲਜ਼ਾਮ ਲਾਏ ਨੇ ਲੀਡਰਾਂ ਨੇ ਪਰ ਦੂਜੇ ਪਾਸੇ ਭਾਜਪਾ ਦਾ ਸੰਬਤ ਪਾਤਰਾ ਹੋ ਗਿਆ ਉਹ ਕਹਿੰਦਾ ਜੀ ਕਾਨੂੰਨ ਸਬੂਤ ਹੈਗੇ ਨੇ ਕਮਿਸ਼ਨ ਦਾ ਮਾਮਲਾ ਹੈਗਾ 6% ਕਮਿਸ਼ਨ ਸੀਗਾ 12% ਕਰਤਾ ਜੀ 12% ਕਮਿਸ਼ਨ ਕੀਤਾ ਤਾਂ ਕਰਕੇ ਹੋਇਆ ਕੰਮ ਤੇ ਹੁਣ ਪੰਜਾਬ ਵਾਲੇ ਵੀ ਆ ਗਏ ਕਹਿੰਦੇ ਸਾਡੇ ਕੋਲ ਸਬੂਤ ਨੇ ਜੀ ਪੂਰੇ ਭਾਜਪਾ ਵਾਲੇ ਕਹਿੰਦੇ ਅਸ਼ਵਨੀ ਹੁਣੀ ਕਹਿੰਦੇ ਆ ਸਾਡੇ ਕੋਲ ਪ੍ਰੂਫ ਨੇ ਜੀ ਪੂਰੇ ਤਾਂ ਕਰਕੇ ਅਸੀਂ ਮਨੀਸ਼ ਸ਼ੋਧਿਆ ਨੂੰ ਗ੍ਰਿਫਤਾਰ ਕੀਤਾ ਮੈਨੂੰ ਸਮਝ ਇਹ ਨਹੀਂ ਆਉਂਦੀ ਕਿ ਸੀਬੀਆਈ ਏਜੰਸੀ ਹੈਗੀ ਆ ਆਜ਼ਾਦ ਏਜੰਸੀ ਕਹਿੰਦੇ ਆ ਉਹ ਭਾਜਪਾ ਵਾਲੇ ਕਹਿੰਦੇ ਆ ਫੜਾਇਆ ਜਾਂਦਾ ਮਨੀਸ਼ ਸ਼ੋਦੀ ਆਮ ਆਦੀ ਪਾਰਟੀ ਦਾ ਭਾਜਪਾ ਵਾਲਿਆਂ ਨੂੰ ਕੀ ਲੋੜ ਪੈਗੀ ਸਬੂਤ ਦੇਣ ਦੀ ਬਈ ਭਾਜਪਾ ਵਾਲੇ ਕਿਉਂ ਸਬੂਤਾਂ ਚੰਚੜਾ ਚੱਕੀ ਫਿਰਦੇ ਆ ਵੀ ਸਾਡੇ ਕੋਲ ਸਬੂਤ ਹੈਗੇ ਨੇ ਤੁਸੀਂ ਤੁਸੀਂ ਕੌਣੋਂ ਸਬੂਤ ਦੇਣ ਵਾਲੇ ਭਾਜਪਾ ਵਾਲੇ ਸੀਬੀਆਈ ਤਾਂ ਕੰਮ ਕਰ ਰਹੀ ਹੈ ਆਪਣਾ ਇਹਦਾ ਮਤਲਬ ਸਪਸ਼ਟ ਹੋਗਾ ਨਾ ਕਿ ਤੁਸੀਂ ਸਾਰਾ ਕੁਝ ਤੁਸੀਂ ਕਰਾ ਰਹੇ ਹੋ ਜੋ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਸਾਰਾ ਕੁਝ ਬੀਜੇਪੀ ਕਰ ਰਹੇ ਹੋ ਸੱਚੀ ਮੂਝੇ ਤੁਸੀਂ ਕਰ ਮਤਲਬ ਕਿ ਬੰਦਾ ਨਾ ਫੜਾਇਆ ਜਾਂਦਾ ਕੋਈ ਹੋਰ ਪਾਰਟੀ ਦਾ ਫੜਦੀਆਂ ਨੂੰ ਸੀਬੀਆਈ ਟੰਗੜਾਲ ਦੇ ਵਿੱਚ ਭਾਜਪਾ ਬਾਦੂ ਦੀ ਖਾਮ ਖਾ ਮਤਲਬ ਕਿ ਤਾਂ ਅੜਾਉਂਦੇ ਨਾ ਟੰਗ ਤੁਸੀਂ ਕਿ ਸੱਚੀ ਮੁੱਚ ਏਦਾਂ ਤੁਸੀਂ ਵਿੱਚ ਹੈਗੇ ਹੋ ਤੁਹਾਡੀ ਵਿੱਚ ਹੈਗੀ ਆ ਨਾ ਦਾਲ ਕਾਲਾ ਹੈਗਾ ਤੁਸੀਂ ਵਿੱਚ ਹੈਗੇ ਉਹਦੇ ਕੋਕੜੂ ਵਿੱਚ ਬਣਿਆ ਹੋਇਆ ਤੁਸੀਂ ਯਾਰ ਤੁਹਾਡੇ ਪੰਗਾ ਲੈਨੇ ਹੋ ਨਾ ਮਤਲਬ ਕਿ ਭਾਜਪਾ ਕਹਿ ਰਹੀ ਆ ਕਿ ਸਾਡੇ ਕੋਲ ਸਬੂਤ ਨੇ ਤੁਹਾਡੇ ਕੋਲ ਸਬੂਤ ਕਿੱਥੋਂ ਆ ਗਏ ਬਈ ਕਿਹੜੀਆਂ ਦਸਤੂਰ ਦਿਖਾਉਣਾ ਫੈਲਾ ਸੀਬੀਆਈ ਨੇ ਸੁਸ਼ੋਧੀਆਂ ਦੀਆਂ ਕਿ ਸ਼ਿਸ਼ੋਧਿਆ ਸਾਹਿਬ ਕੋਲ ਹੀ ਆ ਫਾਈਲਾਂ ਸਾਡੀਆਂ ਆ ਗਈਆਂ ਨੇ ਜੀ ਆਹ ਤੁਹਾਡੇ ਕੋਲ ਸਬੂਤ ਨੇ ਆਹ ਦੇਖ ਲਓ ਭਾਜਪਾ ਸਬੂਤ ਕੀ ਦਿਖਾਉਂਦੀ ਫਿਰਦੀ ਹੈ ਜੀ ਮਤਲਬ ਕਿ ਐਡਾ ਕਲੰਕਤ ਸਿਸਟਮ ਆ ਭਾਜਪਾ ਦਾ ਸੀਬੀਆਈ ਤਾਂ ਕੰਮ ਕਰ ਰਹੀ ਆ ਆਪਣਾ ਤੇ ਭਾਜਪਾ ਸਬੂਤ ਦਿਖਾ ਰਹੀ ਆ ਪਾਰਟੀ ਤੁਸੀਂ ਕਿਹੜੇ ਮੁਲਕ 'ਚ ਰਹਿੰਦੇ ਹੋ ਮਤਲਬ ਕਿ ਕਿਹੜੀ ਸੀਬੀਏ ਦੀ ਗੱਲ ਕਰਦੇ ਹੋ ਮਰ ਤੁਸੀਂ ਤੁਸੀਂ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਦੂਜੀ ਗੱਲ ਆਮ ਆਦੀ ਪਾਰਟੀ ਜਿਹੜੀ ਹੈਗੀ ਆ ਉਹ ਚੈਲੰਜ ਹੈਗਾ বিজেপি ਵਾਸਤੇ ਚੈਲੰਜ ਕਿਵੇਂ ਆ ਕਿਉਂਕਿ ਕਾਂਗਰਸ ਦਾ ਹਾਲਾਤ ਉਹਦੇ ਚੰਗੇ ਨਹੀਂ ਹੈਗੇ ਜਿੰਨੀ ਬਹੁਤ ਤੇਜ਼ੀ ਨਾਲ ਵਧਿਆ ਆ ਆਮ ਆਦੀ ਪਾਰਟੀ ਇੰਨਾ ਤੇਜ਼ੀ ਤੇਜ਼ੀ ਨਾਲ ਕੋਈ ਪਾਰਟੀ ਅੱਗੇ ਵੱਧ ਨਹੀਂ ਬਹੁਤ ਅੱਗੇ ਵਧੀ ਆ ਪਾਰਟੀ ਆਮ ਆਦੀ ਪਾਰਟੀ ਚੁਣੌਤੀ ਆ ਉਹਦੇ ਵਾਸਤੇ ਬੜੀ ਵੱਡੀ ਚੁਣੌਤੀ ਆ ਉਹ বিজেপি ਵਾਸਤੇ 24 24 ਲਈ ਭਾਵੇਂ ਕਿ ਚਲੋ ਐਡਾ ਕੋਈ ਦਿਖਾ ਨਹੀਂ ਸਕਦਾ ਖੰ ਖਾਂ ਪੰਜਾਬ ਤੋਂ ਇਲਾਵਾ ਤੁਸੀਂ ਹਿਮਾਚਲ ਚ ਕੋਈ ਬਹੁਤ ਇਹ ਕੰਮ ਨਹੀਂ ਕਰ ਸਕੀ ਆਮ ਆਦੀ ਪਾਰਟੀ ਗੁਜਰਾਤ ਚ ਕੋਈ ਬਹੁਤ ਇਹ ਕੰਮ ਨਹੀਂ ਕਰ ਸਕੀ ਪਰ ਫਿਰ ਵੀ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਸਾਡੀ ਸਾਡੇ ਲਈ ਚੁਣੌਤੀ ਆ ਇਹ ਸਾਡੇ ਲਈ ਚੁਣੌਤੀ ਹੈਗੀ ਹੈ ਬੀਜੇਪੀ ਨਾ ਆਮ ਆਦੀ ਪਾਰਟੀ ਇਸ ਕਰਕੇ ਜਿਹੜੀ ਨੀਤੀ ਸ਼ਰਾਬ ਦੀ ਸੀਗੀ ਜਿਹੜੀ ਸ਼ਰਾਬ ਦੀ ਨੀਤੀ ਸੀਗੀ ਤੁਸੀਂ ਸਾਰੇ ਸਿਆਣੇ ਹੋ ਉਹਨਾਂ ਨੇ ਕਿਹਾ ਜੀ ਇਹ ਨੀਤੀ ਹੈ ਸ਼ਰਾਬ ਦੀ ਤਾਂ ਉਹਨਾਂ ਨੂੰ ਕਿਹਾ ਕਿ ਇਲਜ਼ਾਮ ਲੱਗੇ ਉਹ ਕਹਿੰਦਾ ਵੀ ਇਲਜ਼ਾਮ ਲੱਗ ਰਹੇ ਨੇ ਆਪਾਂ ਇਸ ਨੀਤੀ ਨੂੰ ਇਲਜ਼ਾਮ ਲੱਗ ਰਿਹਾ ਆ ਆਪਾਂ ਲੋਕਾਂ ਦੇ ਮੁਤਾਬਕ ਕੰਮ ਕਰਨਾ ਇਹ ਇਲਜ਼ਾਮਾਂ ਦੇ ਵਿੱਚ ਆਪਾਂ ਕੰਮ ਨਹੀਂ ਕਰਨਾ ਜੇ ਸਰਕਾਰ ਕਹਿੰਦੀ ਜੇਕਰ ਇਲਜ਼ਾਮ ਲੱਗ ਰਿਹਾ ਤਾਂ ਵਾਪਸ ਲੈ ਲਓ ਆਪਣੀ ਨੀਤੀ ਆਪਾਂ ਕਿਉਂ ਇਲਜ਼ਾਮਾਂ ਦੇ ਵਿੱਚ ਕੰਮ ਕਰਨਾ ਆਪਾਂ ਲੋਕਾਂ ਦੇ ਹਿੱਤ ਵਿੱਚ ਤਾਂ ਕਿ ਲੋਕਾਂ ਦੇ ਖਿਲਾਫ ਹੈਗੇ ਆ ਉਹ ਨੀਤੀ ਵਾਪਸ ਲੈ ਲਈ ਹੁਣ ਜਿਹੜੀ ਸ਼ਰਾਬ ਨੀਤੀ ਵਾਪਸ ਹੀ ਲੈ ਲਈ ਗਈ ਕਿਤੇ ਕੇਸ ਕੀਤੇ ਆ ਬਰੋ ਉਹ ਕਹਿੰਦੇ ਵੀ ਆਓ ਆਓ ਕਬੂਤਰਾਂ ਦਾਣੇ ਪਾਉਣ ਲੱਗੇ ਆਓ 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 ਦੂਜਾ ਬੰਦਾ ਖੜਾ ਕਬੂਤਰ ਕਿੱਥੇ ਨੇ ਕਹਿੰਦਾ ਦਾਣੇ ਕਿੱਥੇ ਨੇ ਮਰ ਕੇ ਕਬੂਤਰ ਵੀ ਨਹੀਂ ਹੈਗੇ ਦਾਣੇ ਵੀ ਨਹੀਂ ਹੈਗੇ ਪਾਲਸੀ ਵਾਪਸ ਲੈ ਲਈ ਆ ਤੇ ਕੇਸ ਕਿਹਦੇ ਦਰਜ ਹੋਇਆ ਕੇਸ ਕਿਵੇਂ ਦਰਜ ਹੋਇਆ ਤੇ ਕਿਹੜੇ ਅਕਸਰ ਹਰਬ ਦੇ ਵਿੱਚ ਤਲਾਸ਼ ਜਿਹਾ ਕਰਤੇ ਜਾ ਰਹੇ ਨੇ ਜਦੋਂ ਪਾਲਸੀ ਵਾਪਸ ਹੋ ਗਈ ਜਦੋਂ ਕੰਪਲਾ ਹੋਈ ਨਹੀਂਗਾ ਜਦੋਂ ਕੋਈ ਮਾਰਾ ਕੰਮ ਹੋਈ ਨਹੀਂ ਕਪੜਾ ਹੋਈ ਨਹੀਂਗਾ ਤਾਂ ਫਿਰ ਤਾਂ ਫਿਰ ਪਾਲਸੀ ਕਿਵੇਂ ਗਲਤ ਹੋ ਗਈ ਤਾਂ ਤਾਂ ਫਿਰ ਕਿਵੇਂ ਸੋਧੀਆਂ ਅੰਦਰ ਆ ਗਿਆ ਬਲਕਿ ਇਹ ਸਿੱਧੇ ਤੌਰ ਤੇ ਹੈ ਵੀ ਆਪਣੇ ਜਿਹੜੀ ਚੈਲੰਜ ਬਣ ਰਹੀ ਆ ਆਮ ਆਦੀ ਪਾਰਟੀ ਬੀਜੇਪੀ ਨੂੰ ਉਹਨੂੰ ਦਬਾਉਣਾ ਚਾਹੁੰਦੇ ਆ ਉਹਨੂੰ ਦਬਾਰੀ ਆ ਬੀਜੇਪੀ ਸੀਬੀਆਈ ਨੂੰ ਵਰਤ ਕੇ ਦਬਾਰੀ ਆ ਇਹ ਚ ਕੋਈ ਦੂਰਾ ਮੰਨਈ ਗਿਆ ਸੀਬੀਆਈ ਨੂੰ ਵਰਤ ਕੇ ਸੀਬੀਆਈ ਨੂੰ ਤੁਸੀਂ ਸਾਰਾ ਕੇਸ ਪੜ੍ਹ ਲਓ ਤੁਸੀਂ ਸਾਰਾ ਕੇਸ ਮੇਰੇ ਖਿਆਲ ਚ ਹੁਣ ਤਾਂ ਆਨਲਾਈਨ ਆ ਹੀ ਜਾਣਾ ਥੋੜੀ ਜਿਹੜੀ ਐਫ ਆਈ ਆਰ ਨੂੰ ਪੜ੍ਹ ਲਓ ਤੁਸੀਂ ਕਿਹਦੇ ਪੜ੍ਹ ਲਓ 6% ਤੋਂ 12% ਵਧਾਇਆ ਗਿਆ ਸੀ ਕਮਿਸ਼ਨ ਪਰ ਤਾਂ ਹੈ ਹੀ ਖਤਮੇ ਕਰਤਾ ਤਾਂ ਉਹ ਤਾਂ ਹੈ ਹੀ ਨਹੀਂ ਕਿਤੇ ਮੈਂ ਮਾਰਕੀਟ ਦੇ ਵਿੱਚ ਜਿਹੜੀ ਪਾਲਿਸੀ ਐਗਜ਼ਿਸਟੇ ਨਹੀਂ ਕਰਦੀ ਮਾਰਕੀਟ ਵਿੱਚ ਉਹ ਪਾਲਿਸੀ ਨੂੰ ਲੈ ਕੇ ਦਰਜ ਕੀਤਾ ਮੈਂ ਕੋਈ ਇਹ ਨਹੀਂ ਕਿ ਮੈਂ ਸੋਧੀਆਂ ਨੂੰ ਬਚਾਉਣ ਲੱਗੇ ਹੋਇਆ ਉਹ ਤਾਂ ਫਿਰ ਪੜਤਾਲ ਸੀਬੀਆਈ ਕਰ ਰਹੀ ਆ 5 ਦਿਨ ਪੁਲਿਸ ਰਿਮਾਂਡ ਸੀਬੀਆਈ ਰਿਮਾਂਡ ਤੇ ਰਹਿਣਾ ਉਹਨੇ 5 ਦਿਨ ਦਾ ਰਿਮਾਂਡ ਹੋ ਚੁੱਕਿਆ ਉਹਦਾ ਸੋਧੀਆਂ ਦਾ ਉਹਨਾਂ ਨੇ ਪੜਤਾਲ ਕਰਨੀ ਆ ਸਵਾਲ ਜਵਾਬ ਹੋਣਗੇ ਆਪਣੀ ਜਿਹੜੀ ਤੁਹਾਡਾ ਚੈਲੰਜ ਬਣਦੀ ਆ ਕੋਈ ਤੁਹਾਨੂੰ ਚੈਲੰਜ ਬਣ ਗਿਆ ਤਾਂ ਠੀਕ ਆ ਹੁਣ ਤੁਸੀਂ ਤੁਸੀਂ ਹੈਰਾਨ ਨਹੀਂ ਹੋਵੋਗੇ ਇੱਕ ਯੂਪੀ ਦੇ ਵਿੱਚ ਇੱਕ ਘਰ ਮਰ ਕੇ ਘਰਾਂ ਨੂੰ ਛਡਾਉਣ ਵਾਸਤੇ ਰਜਾਇਜ ਕੱਪ ਚਲਾਉਣ ਵਾਸਤੇ ਗਈ ਸੀ ਯੂਪੀ ਦੇ ਵਿੱਚ ਐਮਸੀਡੀ ਉਹ ਜਿਹੜੀ ਹੁੰਦੀ ਹੈ ਆਪਣੀ ਸੋਰੀਆਮ ਚਲੀ ਨਗਰ ਨਿਗਮ ਗਿਆ ਸੀਗਾ ਅੱਗੇ ਝੁੱਗੀ ਝੌਂੜੀ 'ਚ ਦੋ ਮਾਮਾਤੀਆਂ ਬੈਠੀਆਂ ਸੀਗੀਆਂ ਤੇ ਉਹਨਾਂ ਨੇ ਪਿੱਛੋਂ ਉਹ ਲੱਗੇ ਟਾਉਣ ਦੇ ਅੱਗ ਲੱਗੀ ਝੁੱਗੀ ਝੌਂੜੀ ਨੂੰ ਝੁੱਗੀ ਝੌਂੜੀ ਨੂੰ ਅੱਗ ਲੱਗਣ ਤੋਂ ਬਾਅਦ ਦੋਵੇਂ ਮਾਮਾਤੀਆਂ ਸੜ ਕੇ ਮਰ ਗਈਆਂ ਵਿੱਚ ਯੂਪੀ ਦੇ ਵਿੱਚ ਉਸ ਦੇ ਮਾਮਲੇ ਦੇ ਵਿੱਚ ਇੱਕ ਕੁੜੀ ਹੈਗੀ ਨਿਹਾਲ ਸਿੰਘ ਰਠੌਰ ਉਸਨੇ ਗੀਤ ਗਾਤਾ ਨਿਹਾਲ ਸਿੰਘ ਰਠੌਰ ਨੇ ਗੀਤ ਗਾਤਾ ਜਦੋਂ ਨਿਹਾਲ ਸਿੰਘ ਰਠੌਰ ਨੇ ਗੀਤ ਗਾਤਾ ਤੇ ਉਸ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਪੰਡਿਆ ਕੇ ਉਹਦੇ ਘਰੇ ਪੁਲਿਸ ਪਹੁੰਚ ਗਈ ਉਹਦਾ ਨਵਨਾ ਵਿਆਹ ਹੋਇਆ ਸੀਗਾ ਉਹਦੇ ਸਾਰੇ ਵੀ ਘਰੇ ਪਹੁੰਚ ਗਈ ਪੁਲਿਸ ਮਨੇ ਗੀਤ ਗਾਇਆ ਸੱਚਾ ਗੀਤ ਗਾਇਆ ਸਹੀ ਗੀਤ ਗਾਇਆ ਨਿਹਾਲ ਸਿੰਘ ਰਠੌਰ ਨੇ ਵਧੀਆ ਕੰਮ ਕੀਤਾ ਉਹਨੇ ਇਹ ਸਹੀ ਸੀਗਾ ਤਾਂ ਉਹ ਕਹਿ ਰਹੇ ਆ ਯੂਪੀ ਵਾਲੇ ਕਹਿ ਰਹੇ ਆ ਬੜੇ ਬਿਸ਼ਰਮ ਬੰਦੇ ਆ ਮੈਂ ਬਿਸ਼ਰਮ ਲਫ਼ਜ਼ ਕਹਿਣਾ ਵਰਤਣਾ ਇਹ ਇਹਨਾਂ ਬਾਇਦਰ ਕੌਮਾਂ ਵਿੱਚ ਉਹ ਕਹਿ ਰਹੇ ਆ ਕਿ ਜੀ ਯੂਪੀ ਸਰਕਾਰ ਹੀ ਹੈ ਬਹੁਤ ਵਧੀਆ ਉਸ ਨੇ ਤਾਂ ਜਿਹੜਾ ਉਹ ਅਜੇ ਮਿਸ਼ਰਾ ਟੈਣੀ ਹੈਗਾ ਉਹਦੇ ਮੁੰਡਾ ਸੀ ਅਸ਼ੀਸ਼ ਮਿਸ਼ਰਾ ਮੇਰੇ ਖਿਆਲ ਚ ਅਜੇ ਮਿਸ਼ਰਾ ਟੈਣੀ ਉਹਦਾ ਮੁੰਡਾ ਜੀ ਕਹਿੰਦੇ ਅਜੇ ਮਿਸ਼ਰਾ ਦੇ ਉੱਤੇ ਕਾਰਵਾਈ ਕੀਤੀ ਹੈ ਕਿਹਨੇ ਕੀਤੀ ਹੈ ਕਾਰਵਾਈ यूपी सरकार ने ओ भोळयो ਤੁਸੀਂ ਤੁਸੀਂ ਮਾੜੇ ਮੁੱਟਾ ਦੇਖੋ ਉਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਉਹਨੂੰ ਤੁਸੀਂ ਫੜੋ ਤੁਸੀਂ ਜਮਾਨਤ ਦਿੱਤੀ ਸੀ ਨੂੰ ਤੁਸੀਂ ਤਾਂ ਉਹ ਸਬੂਤ ਪੇਸ਼ ਨਹੀਂ ਕੀਤੇ ਸੀਗੇ ਮਲ ਕੇ ਉਸ ਨੂੰ ਜਿਹੜੇ ਕਿ ਨੀਹਾ ਸਿੰਘ ਠੌਰ ਹੈਗੀ ਆ ਆਪਾਂ ਕਾਲ ਲੈਨੇ ਆ ਨੀਹਾ ਸਿੰਘ ਠੌਰ ਹੈਗੀ ਜਿਹੜੀ ਉਸ ਨੂੰ ਇੰਨਾ ਤੰਗ ਕੀਤਾ ਕਿ ਉਹ ਹਸਪਤਾਲ ਪਹੁੰਚ ਗਈ ਹਮ ਹਸਪਤਾਲ ਦੀ ਭਰਤੀ ਹੋ ਗਈ ਅਗਲਾ ਬੰਦਾ ਇੱਕ ਹੋਰ ਹੈਗਾ ਬੜਾ ਵੱਡਾ ਕਵੀ ਹੈਗਾ ਉਹ ਕੁਮਾਰ ਵਿਸ਼ਵਾਸ ਕਮਾਲ ਵਿਸ਼ਵਾਸ ਬਹੁਤ ਵੱਡਾ ਕਵੀ ਉਹਨੇ ਇੱਕ ਰਾਮ ਕਥਾ ਦੇ ਵਿੱਚ ਜਾਇ ਕਥਾ ਦੇ ਵਿੱਚ ਕਹਤਾ ਕਿ ਆਰਐਸਐਸ ਵਾਲੇ ਅਨਪੜ੍ਹ ਨੇ ਪੇ ਸ਼ਬਦ ਕਿਹਾ ਸੀ ਉਹਨੇ ਆਰਐਸਐਸ ਵਾਲੇ ਅਨਪੜ੍ਹ ਨੇ ਬੜਾ ਵੱਡਾ ਕਵੀ ਆ ਉਹ ਆਪਣੇ ਆਪ ਨੂੰ ਵੱਡਾ ਕਹੋਂਦਾ ਮੈਂਬਰ ਰਾਸਭ ਦੇ ਮੰਗ ਰਿਆ ਸੀ ਕੇਜਰੀਵਾਲ ਤੋਂ ਕੇਜਰੀਵਾਲ ਨਹੀਂ ਦਿਆ ਉਹਨੂੰ ਭੱਜ ਗਿਆ ਬਾਹਰ ਆਪਣੇ ਆਪ ਨੂੰ ਬੜਾ ਵੱਡਾ ਕਹੋਂਦਾ ਤੇ ਉਸਨੇ ਕਹਤਾ ਕਿ ਆ ਕਾਮਰੇਡ ਹੈਗੇ ਨੇ ਕੁੱਪੜ ਬਈ ਪੜੇ ਲਿਖੇ ਹੈਗੇ ਨੇ ਪਰ ਕੰਮ ਨਹੀਂ ਕਰਦੇ ਪੜੇ ਲਿਖਣ ਵਾਲੇ ਤੇ ਆਰਐਸਐਸ ਹੈਗੀ ਆ ਅਨਪੜਾਂ ਦੀ ਉਦੇ ਉੱਪਰ ਉਦੇ ਉੱਪਰ ਪੂਰਾ ਕਹਿੰਦਾ ਭਾਜਪਾ ਨੇ ਉਹਦੀ ਮਗਰ ਪੈ ਗਈ ਤਾਂ ਉਹ ਹੱਥ ਬਨ ਕੇ ਖੜ ਗਿਆ ਮੈਨੂੰ ਮਾਫ ਕਰ ਦੋ ਮੈਨੂੰ ਮਾਫ ਕਰ ਦੋ ਇੱਕ ਨਿਹਾਲ ਸਿੰਘ ਰਠੌਰ ਕੁੜੀ ਐ ਇੱਕ ਆਮ ਗੀਤ ਗਾਉਂਦੀ ਆ ਉਹ ਕਿ ਆਮ ਸੈਲੀਬ੍ਰਿਟੀ ਵੀ ਨਹੀਂ ਹੈਗੀ ਉਸ ਨਿਹਾ ਸਿੰਘ ਰਠੌਰ ਨੂੰ ਉਹਨਾਂ ਨੇ ਨਾ ਤੰਗ ਕੀਤਾ ਗਿਆ ਹਸਪਤਾਲ ਪਹੁੰਚ ਗਿਆ ਕੁਮਾਰ ਬਸਵਾਜ ਵੱਡਾ ਕਹੋਂਦਾ ਆਪਣੇ ਆਪ ਨੂੰ ਤੇ ਉਹ ਉੱਥੇ ਗਿਆ ਅਗਲੀ ਇੱਕ ਹੋਰ ਗੱਲ ਸੁਸਾਉਣਾ ਮੈਂ ਆਹ ਇੰਟਰਵਿਊ ਦੇ ਰਿਹਾ ਉੱਥੇ ਆਪਣਾ ਅਕਸ਼ੇ ਕੁਮਾਰ ਬੀਜੇਪੀ ਦਾ ਖਾਸ ਬੰਦਾ ਹੂੰ ਬੀਜੇਪੀ ਦਾ ਬਿਲਕੁਲ ਖਾਸ ਖਾਸ ਤਾਰ ਹੈ ਉਹਦੀਆਂ ਨੌ ਫਿਲਮਾਂ ਆਈਆਂ ਨੌ ਦੇ ਨੌ ਫਲॉप ਹੋ ਗਈਆਂ ਨੌ ਫਿਲਮਾਂ ਆਈਆਂ ਇੱਕ ਫਿਲਮ ਤਾਂ ਉਹ ਉਹਦੀ ਨੂੰ ਨੌ ਰਾਜਾਂ ਵਿੱਚ ਟੈਕਸ ਵਰੀ ਕੀਤਾ ਗਿਆ ਫਿਰ ਉਹ ਚੱਲੀ ਉਹ ਆ ਹੁਣੇ ਫਿਲਮ ਆਈ ਸੈਲਫੀ ਸੈਲਫੀ ਇੱਕ ਦਿਨ ਜੇ ਫਿਰ ਫਲॉप ਡਿੱਗੀ ਗਿਰ ਗਈ ਉਹ ਫਿਲਮ ਉਹ ਬੰਦਾ ਅੱਜ ਤੱਕ ਟੀਵੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਿਹਾ ਤੇ ਉਹਨੂੰ ਕਹਿ ਰਿਹਾ ਐਂਕਰ ਐਂਕਰ ਵੀ ਉਹਦੇ ਹੈ ਜਿਨੇ ਅੱਜ ਤੱਕ ਦੇ ਕਮਾਲ ਦੇ ਐਂਕਰ ਨੇ ਉਹ ਕਹਿ ਰਿਹਾ ਵੀ ਤੂੰ ਤਾਂ ਬੜਾ ਦੇਸ਼ ਭਗਤਾਂ ਤੈਨੂੰ ਕਹਿੰਦੇ ਨੇ ਕੈਨੇਡਾ ਬੋਏ ਕਹਿੰਦੇ ਲੋਕ ਵੇ ਤੂੰ ਕੈਨੇਡਾ ਬாய் ਹੈਗਾ ਰੋਣ ਲੱਗ ਪਿਆ ਉੱਥੇ ਮੈਂ ਕਿ 9 ਫਿਲਮਾਂ ਫੇਲ ਹੋ ਗਈਆਂ 9 ਫਿਲਮਾਂ ਖਤਮ ਹੋ ਗਈਆਂ ਤੇ ਬੰਦਾ 9 ਫਿਲਮਾਂ ਤੇ ਫੇਲ ਹੋਣ ਤੋਂ ਕੋਈ ਕੰਮ ਨਹੀਂ ਕੀਤਾ ਉਹਨੇ ਰੋ ਰਿਹਾ ਦੂਜੇ ਪਾਸੇ ਆ ਅਕਸ਼ੇ ਆਪਣਾ ਹੈਗਾ ਸਲਮਾਨ ਖਾਨ ਦੂਜੇ ਪਾਸੇ ਸਾਰੂਖ ਖਾਨ ਅਮੀਰ ਖਾਨ ਦੀ ਲਾਲ ਸਿੰਘ ਚੱਡਾ ਵਰਗੀਆਂ ਫਿਲਮਾਂ ਕਿਵੇਂ ਟ੍ਰੋਲ ਕਰਕੇ ਖਤਮ ਕੀਤੀਆਂ ਨੇ ਉਹ ਪਰ ਪਠਾਨ ਨਹੀਂ ਖਤਮ ਕਰ ਸਕੇ ਉਧਰ ਹੋਏ ਨਹੀਂ ਜਿੰਨੇ ਸੱਤਾਧਾਰੀ ਸੈਲਿਬ੍ਰਿਟੀ ਬਣ ਗਏ ਆ ਅਨੁਪਮ ਖੇਰ ਰੋਣ ਲੱਗ ਜਾਂਦਾ ਮਿੰਟਚ ਆਖਿਖੇ ਕਮਾਰੂਣ ਲੱਗ ਜਣਾ ਬਲਕਿ ਤੁਸੀਂ ਸੱਤਾ ਦੇ ਮਾਲਕੋਂ ਤੁਸੀਂ ਬੀਜੇਪੀ ਦੇ ਨਾਲ ਰਹਨੇ ਹੋ ਤੁਸੀਂ ਤੁਸੀਂ ਪਰਵਾਰ ਰੋਣ ਲੱਗ ਕੇ ਮੜੀ ਦੀ ਗੱਲ ਪਿੱਛੇ ਹੋਗੇ ਆ ਆ ਫੱਕਰ ਬੰਦੇ ਰਹਿੰਦੇ ਨੇ ਨਾ ਸਾਰੂਖਾਨ ਵਰਗੇ ਜਿਹੜਾ ਜਿਹੜਾ ਹੈਗੇ ਨੇ ਆਪਣਾ ਸਲਮਾਨ ਖਾਨ ਵਰਗੇ ਅਮੀਰ ਖਾਨ ਵਰਗੇ ਕੋਈ ਨੁੰਦੇ ਹੈਗੇ ਕਦੇ ਨੇ ਉਹਨਾਂ ਨੇ ਕਿ ਪਿੱਟਿਆ ਆਪਣੇ ਆਪ ਨੂੰ ਕਿ ਅਸੀਂ ਤੁਸੀਂ ਰੋਣ ਲੱਗ ਜੰਨੇ ਹੋ ਮਰ ਕਹਿਣ ਦਾ ਭਾਅ ਮੇਰਾ ਇਹ ਹੈਗਾ ਕਿ ਬੀਜੇਪੀ ਲੋਕਾਂ ਨੂੰ ਭਾਵਕ ਵੀ ਕਰਦੀ ਆ ਬੀਜੇਪੀ ਲੋਕਾਂ ਦੇ ਉੱਪਰ ਐਦਾਂ ਜਾਂਦੀ ਆ ਇਹ ਸਾਰਾ ਕੁਝ ਹੀ ਬੀਜੇਪੀ ਠੀਕ ਆ ਜਦ ਕੇ ਅਡਾਨੀ ਵਾਲਾ ਮਾਮਲਾ ਸਪਸ਼ਟ ਕਰਤਾ ਹਿੰਡਰਬਰਗ ਨੇ ਕਿ ਸਾਰਾ ਕੁਝ ਫਰੋਡ ਹੈਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ D5 ਚੈਨਲ ਪੰਜਾਬੀ ਫੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿਕ ਕਰੋ